ਚੜ ਕੇ ਆਪਣੀ ਸਿਰਭਾਜੀ ਮੋੜਦਾ ਹੈ। 14 ਜੰਗਾਂ ਗੁਰੂ ਗੋਬਿੰਦ ਸਿੰਘ ਲੜੇ, 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਹੋਈ ਆ ਹੋਈ ਤਲਵਾਰਾਂ ਲੋਕ ਬਹਾਉਣ ਲਈ ਨਹੀਂ ਪਾਇਆ। ਸਿੱਖੀ ਦਾ ਬਖਸ਼ਪਾ ਹਰਿਮੰਦਰ ਸਾਹਿਬ ਸ਼ਕਤੀ ਚਰਨਾ ਵੱਲ ਰਹਿੰਦੀ ਹੈ। ਪਰ ਜਦੋਂ ਪ੍ਰੇਮ ਦੀ ਭਾਸ਼ਾ ਨੂੰ ਮੁਕਰਾਨ ਨਾ ਸਮਝਦੇ ਅਕਾਲ ਖਾਲਸਾ ਨਿਊਜ਼ ਚੈਨਲ ਅੱਜ ਪਹੁੰਚਿਆ ਹੈ ਚੱਬੇ ਦੀ ਧਰਤੀ 'ਤੇ, ਜਿੱਥੇ 1984 ਤੋਂ ਬਾਅਦ ਇਸ ਇਲਾਕੇ ਦੇ ਕਾਫੀ ਸਿੰਘ ਜਿਹੜੇ ਸਨ ਭਾਰਤ ਸਰਕਾਰ ਨੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰਵਾਏ ਸਨ। ਉਹਨਾਂ ਦੇ ਵਿੱਚੋਂ ਹੀ ਇੱਕ ਭਾਈ ਸੁਖਦੇਵ ਸਿੰਘ ਜੀ ਚੱਬਾ, ਜਿਨ੍ਹਾਂ ਦੀ ਸਾਲਾਨਾ ਬਰਸੀ ਹਰ ਸਾਲ ਜਿਹੜੀ ਹੈ ਉਹ ਮਨਾਈ ਜਾਂਦੀ ਹੈ ਚੱਬੇ ਪਿੰਡ ਦੇ ਵਿੱਚ। ਔਰ ਭਾਈ ਸੁਖਦੇਵ ਸਿੰਘ ਜੀ ਚੱਬਾ ਸਟਲ ਜਥੇਬੰਦੀ ਦੇ ਉਹ ਮੁੱਖ ਸੇਵਾਦਾਰ ਸਨ ਇਸ ਇਲਾਕੇ ਦੇ। ਔਰ ਇੱਥੇ ਹਰ ਸਾਲ ਜੋ ਬਰਸੀ ਮਨਾਈ ਜਾਂਦੀ ਹੈ, ਇਸ ਵਾਰ ਉਹਨਾਂ ਦੇ ਆਪਣੇ ਸਪੁੱਤਰ ਜੋ ਭਾਈ ਬਲਵਿੰਦਰ ਸਿੰਘ ਜੀ ਚੱਬਾ USA, ਭਾਈ ਸੁਖਦੇਵ ਸਿੰਘ ਚੱਬਾ ਦੇ ਜੋ ਸਪੁੱਤਰ ਹਨ ਉਹ ਵੀ ਖਾਸ ਤੌਰ 'ਤੇ ਅੱਜ ਪਹੁੰਚੇ ਹਨ। ਉਹਨਾਂ ਨਾਲ ਗੱਲ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਮਤਲਬ ਕਿ ਮਹਿਸੂਸ ਕਰਦੇ ਹੋ ਜਦੋਂ ਸ਼ਹੀਦੀਆਂ ਹੋ ਗਈਆਂ, ਫਿਰ ਆਪ ਜੀ ਨੂੰ ਬਾਹਰ ਜਾਣਾ ਪਿਆ, ਅਤੇ ਕਿਸ ਤਰ੍ਹਾਂ ਕਿਸਮ ਦਾ ਜਿਹੜਾ ਇਹ ਸਮਾਂ ਉਹ ਆਪ ਜੀ ਦਾ ਬਤੀਤ ਹੋਇਆ? ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਕਿਸ ਤਰ੍ਹਾਂ ਤੁਹਾਡਾ ਫਿਰ ਸਮਾਂ ਜਿਹੜਾ ਉਹ ਬਤੀਤ ਹੋਇਆ, ਕਿੱਦਾਂ ਤੁਸੀਂ ਮਤਲਬ ਕਿ ਫਿਰ ਉੱਥੇ ਬਾਹਰ ਜਿਹੜਾ ਸਟਰਗਲ ਕੀਤਾ? ਜਿਹੜਾ ਸੰਘਰਸ਼ ਦਾ ਸਮਾਂ ਸੀ ਜੀ, ਇਹ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਸਰਕਾਰਾਂ ਜਿਹੜੀਆਂ ਉਹ ਤੰਗ ਕਰਦੀਆਂ ਸੀ ਜੀ ਜੀ, ਅਤੇ ਲੁੱਕ ਛਿਪ ਕੇ ਜਿਹੜੇ ਸੀ ਉਹ ਮਤਲਬ ਦਿਨ ਕੱਟਣੇ ਪੈਂਦੇ ਸੀ ਉਸ ਟਾਈਮ ਦੇ ਉੱਤੇ ਜੀ ਜੀ, ਅਤੇ ਜਿਹੜੇ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਫੜ ਫੜ ਕੇ ਜਿੱਦਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਸੀ ਜੀ ਜੀ। ਸੋ ਇਹ ਸਾਰੀ ਸੰਗਤ ਨੂੰ ਪਤਾ ਹੀ ਆ ਵੀ ਕੀ ਮਤਲਬ ਉਸ ਮਾਹੌਲ ਦੇ ਵਿੱਚ ਗੁਜ਼ਰਦਾ ਰਿਹਾ, ਕਿੰਨਾ ਵੱਡਾ ਸੰਤਾਪ ਜਿਹੜਾ ਆ ਇਹ ਸਾਡੀ ਕੌਮ ਨੇ ਜਿਹੜਾ ਹੰਢਾਇਆ ਆਪਣੇ ਪਿੰਡੇ ਦੇ ਉੱਤੇ ਜੀ ਜੀ। ਜਦੋਂ ਤੁਹਾਡੇ ਪਿਤਾ ਜੀ ਭਾਈ ਸੁਖਦੇਵ ਸਿੰਘ ਜੀ ਚੱਬਾ ਜਦ ਸ਼ਹੀਦ ਹੁੰਦੇ ਨੇ, ਤੁਹਾਡੀ ਉਸ ਵੇਲੇ ਕਿਤਨੀ ਉਮਰ ਸੀ, ਕਿਤਨੇ ਤੁਸੀਂ ਹੈਗੇ ਸੀ? ਮੇਰੀ ਉਮਰ ਉਦੋਂ ਜੀ 12 ਸਾਲ ਦੀ ਸੀ, ਅਤੇ ਮੈਂ ਕਾਫੀ ਛੋਟਾ ਸੀ ਉਦੋਂ, ਪਰ ਮੈਨੂੰ ਸਮਝ ਸੀ ਕਿ ਮਤਲਬ ਉਹ ਸੰਘਰਸ਼ ਵਾਸਤੇ ਜਿੱਦਾਂ ਉਹਨਾਂ ਨੇ ਆਪਣੀ ਜਿਹੜੀ ਸ਼ਹਾਦਤ ਦਿੱਤੀ ਆ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਪੜ੍ਹਾਈ ਕੀਤੀ? ਪੜ੍ਹਾਈ ਕਰਨ ਤੋਂ ਬਾਅਦ ਮਤਲਬ ਕਿ ਫਿਰ ਤੁਸੀਂ ਅਮਰੀਕਾ ਗਏ? ਮੇਰੀ ਪੜ੍ਹਾਈ ਜਿਹੜੀ ਆ ਜੀ ਉਹ ਗ੍ਰੈਜੂਏਸ਼ਨ ਹੀ ਆ ਜੀ। ਉਸ ਤੋਂ ਬਾਅਦ ਜਿੱਦਾਂ ਮੈਂ ਖੇਤੀਬਾੜੀ ਦਾ ਕੰਮ ਸ਼ੁਰੂ ਕਰਨਾ ਕੀਤਾ ਇੱਥੇ, ਅਤੇ ਮਤਲਬ ਘਰਾਂ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਹੋਣ ਕਰਕੇ ਫਿਰ ਕਿਸੇ ਵੀਰ ਦੇ ਨਾਲ ਸੰਪਰਕ ਕੀਤਾ, ਅਤੇ ਮੇਰਾ ਜਿਹੜਾ ਸੀ ਉਹ USA ਦਾ ਜਿਹੜਾ ਸੀ ਉਹ ਕੰਮ ਬਣ ਗਿਆ। ਫਿਰ ਮੈਂ ਪਿਛਲੇ ਤਕਰੀਬਨ 14 ਸਾਲ ਤੋਂ USA ਕੈਲੀਫੋਰਨੀਆ ਦੇ ਵਿੱਚ ਹਾਂ ਜੀ ਜੀ। ਹਾਂਜੀ, ਬਰਸੀ ਜਿਹੜੀ ਹੈ ਕਿੰਨੇ ਸਾਲ ਤੋਂ ਮਨਾਈ ਜਾ ਰਹੀ ਹੈ? ਇਹ ਬਰਸੀ ਜੀ ਸ਼ੁਰੂ ਤੋਂ ਹੀ ਅਸੀਂ ਮਨਾਉਂਦੇ ਆ ਰਹੇ ਹਾਂ। ਪਹਿਲਾਂ ਅਸੀਂ ਘਰੇ ਕਰਾਉਂਦੇ ਹੁੰਦੇ ਸੀ, ਸਲਾਨਾ ਬਰਸੀ ਜਿਹੜੀ ਸੀ ਘਰੇ ਮਨਾਈ ਜਾਂਦੀ ਸੀ, ਫਿਰ ਸੰਗਤ ਜ਼ਿਆਦਾ ਹੋਣ ਕਰਕੇ ਫਿਰ ਜਿੱਦਾਂ ਇਹ ਬਾਬਾ ਜਵਾਲਾ ਸਿੰਘ ਹੋਣਾ ਜੀ ਦਾ ਗੁਰਦੁਆਰਾ ਸਾਹਿਬ ਸੀ, ਜਿੱਦਾਂ ਇਹ ਸਾਡੇ ਖੇਤਾਂ ਦੇ ਵਿੱਚ ਹੀ ਆ, ਅਤੇ ਬਾਬਾ ਦੀਪ ਸਿੰਘ ਜੀ ਦੇ ਟਾਈਮ 'ਤੇ ਸਿੰਘ ਜਿਹੜੇ ਸੀ ਉਹ ਸ਼ਹੀਦ ਹੋਏ ਸੀ, ਫਿਰ ਅਸੀਂ ਇੱਥੇ ਗੁਰਦੁਆਰਾ ਸਾਹਿਬ ਬਣਾ ਕੇ ਅਤੇ ਜਿੱਦਾਂ ਥੋੜ੍ਹਾ ਜਿਹਾ ਵੱਡੇ ਪੱਧਰ ਦੇ ਉੱਤੇ ਜਿਹੜਾ ਬਰਸੀ ਨੂੰ ਮਨਾਉਣਾ ਸ਼ੁਰੂ ਕੀਤਾ ਜੀ। ਤੁਹਾਡੇ ਇਸ ਪਿੰਡ ਦੇ ਜਿਹੜੇ ਮਤਲਬ ਕਿ ਸ਼ਹੀਦ ਹੋਏ ਨੇ, ਫਿਰ ਉਹਨਾਂ ਦੇ ਪਰਿਵਾਰ ਵੀ ਤੁਹਾਡੇ ਨਾਲ ਰਲ ਕੇ ਮਤਲਬ ਇਕੱਠੀ ਜਿਹੜੀ ਉਹ ਬਰਸੀ ਮਨਾਉਣੀ ਚਾਲੂ ਕਰ? ਹਾਂਜੀ ਹਾਂਜੀ ਬਿਲਕੁਲ ਜੀ, ਪਹਿਲਾਂ ਸ਼ਹੀਦ ਭਾਈ ਸੁਖਦੇਵ ਸਿੰਘ ਚੱਬਾ ਹੋਣਾ ਦੀ ਬਰਸੀ ਅਸੀਂ ਮਨਾਉਂਦੇ ਸੀ, ਫਿਰ ਅਸੀਂ ਸੋਚਿਆ ਕਿ ਜਿਹੜੇ ਪਿੰਡ ਦੇ ਹੋਰ ਵੀ June 1984 ਦੇ ਵਿੱਚ ਸਿੰਘ ਸ਼ਹੀਦ ਹੋਏ ਆ, ਸਾਡੇ ਪਿੰਡ ਦੇ ਹੀ 5 ਸਿੰਘ ਸ਼ਹੀਦ ਹੋਏ ਸੀ, ਉਹਨਾਂ ਦੀ ਫਿਰ ਨਾਲ ਅਸੀਂ ਬਰਸੀ ਬਣਾਉਣਾ ਸ਼ੁਰੂ ਕੀਤੀ, ਅਤੇ ਹੋਰ ਵੀ ਜਿੰਨੇ ਵੀ ਲਾਗੇ ਸਿੰਘ ਆਪਣੇ ਸ਼ਹੀਦ ਹੋਏ ਆ ਸਾਰਿਆਂ ਨੂੰ ਜਿਵੇਂ ਸਨਮਾਨਿਤ ਕੀਤਾ ਜਾਂਦਾ ਹਰ ਬਰਸੀ ਦੇ ਉੱਤੇ, ਉਚੇਚੇ ਤੌਰ ਦੇ ਉੱਤੇ ਮਤਲਬ ਸੱਦਾ ਦਿੱਤਾ ਜਾਂਦਾ ਉਹਨਾਂ ਨੂੰ ਜੀ ਜੀ। ਸਨਮਾਨ ਜਦੋਂ ਤੁਸੀਂ ਅਲੱਗ ਅਲੱਗ ਤੁਹਾਡੇ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਤੁਹਾਡੇ ਕੋਲ ਆਉਂਦੇ ਨੇ, ਫਿਰ ਇੱਥੇ
बरसी के उत्ते तो उन्होंने सन्मानित तुम कर दो उन्होंने सन्मान के फिर की उन्होंने मतलब कि तुम जो है प्रोवाइड करते हो अं सरोपा ही बख्शिश करते जी उन्होंने अपने तौर पर जे किसी मतलब पूछ लईदा भी हाँ कि वेला किसी परिवार की ज़्यादा जिदा हालत दुखदाई आ मतलब वह गुजारा वधिया तरीके नहीं चलता फिर मैं दास जिदा अपने सज्जना मित्रों रल के फिर उन्होंने थोड़ी बहुत जिनी भी माली मदद हो सकती करेगी जी जी तो यूएसए गए तुम्हें किन्ने साल हो चले जी मैं 14 साल हो गए जी यूएसए गए हाँ जी नहीं मैं पहली बार आया जी वैसे मैं लास्ट टाइम आया 2018 के पर उदो मैं जून के महीने च आया ऐतकी मैं पहली बार आया बरसी बहुत मेहरबानी तो भाई साहब जी तुम मतलब कि पिंड ही रेंदे हो कुछ असं वाहगुरु जी खालसा श्री वाहगुरु जी की फतेह मैं उन्होंने मामा जी के लड़का जी जी सुखदेव सिंह के मामा जी मामा जी लड़के जी हाँ जी ਤੁਸੀਂ ਇੱਥੇ ਰਹਿੰਦੇ ਹੋ ਕਿਤੇ ਲਾਗੇ ਪਿੰਡ ਤੁਹਾਡਾ ਘਰ ਇੱਥੇ ਲਾਗੇ ਰਹਿੰਦੇ ਪਿੰਡ ਮੰਡਿਆਲਾ ਲਾਗੇ ਰਹਿੰਦੇ ਜੀ ਸਾਡੀ ਹਾਂਜੀ ਕੀ ਨਾਮ ਤੁਹਾਡਾ ਜੀ ਸਰਦਾਰ ਗੁਰਜੰਤ ਸਿੰਘ ਠੀਕ ਹੈ ਮੰਡਿਆਲਾ ਤੇ ਮੈਂ ਨਾਲ ਹੀ ਅਗਲੇ ਬੰਨੇ ਕਰਕੇ ਹਾਂ ਹਾਂ ਨਾਲ ਹੀ ਚੁੱਬੇ ਤੋਂ ਅੱਗੇ ਆ ਜੀ ਅਸੀਂ ਆਪਣੇ ਫਾਰਮ 'ਚ ਰਹਿੰਦੇ ਹਾਂ ਜੀ ਜੀ ਤੁਸੀਂ ਇੱਥੇ ਆਪਣੇ ਫਾਰਮ ਤੋਂ ਹਾਊਸ ਤੇ ਹੀ ਕੰਮ ਕਰਦੇ ਹੋ ਖੇਤੀਬਾੜੀ ਹਾਂਜੀ ਹਾਂਜੀ ਖੇਤੀਬਾੜੀ ਦਾ ਜੀ ਠੀਕ ਹੈ ਤੇ ਤੁਸੀਂ ਹੋਰ ਕੀ ਮਤਲਬ ਕਿ ਜਾਣਦੇ ਹੋ ਇਸ ਇਲਾਕੇ ਬਾਰੇ ਚਾਹੇ ਕਿਸ ਤਰ੍ਹਾਂ ਮਤਲਬ ਕਿ ਇੱਥੇ ਜੋ ਉਸ ਵੇਲੇ ਮੂਵਮੈਂਟ ਚੱਲੀ ਹਾਂਜੀ ਲੋਕਾਂ ਨੇ ਮਤਲਬ ਕਿ ਨੌਜਵਾਨਾਂ ਨੇ ਸਟਰਗਲ ਕੀਤਾ ਹਾਂਜੀ ਹਾਂਜੀ ਜੀ ਤੇ ਜੋ ਮੁਕਾਬਲੇ ਹੋਏ ਉਹਨਾਂ ਬਾਰੇ ਕੋਈ ਤੁਹਾਡੇ ਪਿੰਡੋਂ ਕੋਈ ਜਾਣਕਾਰੀ ਤੁਹਾਡੇ ਪਿੰਡ ਦੇ ਵੀ ਕੋਈ ਸ਼ਹੀਦ ਆਇਆ ਸੀ ਨਹੀਂ ਸਾਡੇ ਪਿੰਡ ਦਾ ਸ਼ਹੀਦ ਜੀ ਇਹ ਆਪਣੇ ਇਹ ਗੁਰੂ ਸਾਹਿਬ ਸਿੰਘ ਹੋਏ ਸੀ ਪਿੰਡ ਮੰਡਿਆਲੇ ਤੋਂ ਠੀਕ ਹੈ ਹਾਂਜੀ ਹਾਂਜੀ ਉਦੋਂ ਮੈਂ ਜਾਣਦਾ ਸੀ 20 ਸਾਲ ਦਾ ਸੀ ਜਦੋਂ ਮੈਂ ਜੀ ਜੀ ਹਾਂਜੀ ਉਸ ਸਾਹਿਬ ਸਿੰਘ ਹੋਣਾਂ ਦੀ ਵੀ ਬਰਸੀ ਮਨਾਈ ਜਾਂਦੀ ਤੁਹਾਡੇ ਪਿੰਡ ਹਾਂ ਮਨਾਈ ਜਾਂਦੀ ਹੈ ਜੀ ਮਨਾਈ ਜਾਂਦੀ ਹੈ ਜੀ ਮਨਾਈ ਜਾਂਦੀ ਗੁਰੂ ਸਾਹਿਬ ਸਿੰਘ ਦੀ ਬਰਸੀ ਮਨਾਈ ਜਾਂਦੀ ਬਹੁਤ ਬਹੁਤ ਮਿਹਰਬਾਨੀ ਇਹ ਸਨ ਮਤਲਬ ਕਿ ਭਾਈ ਸੁਖਦੇਵ ਸਿੰਘ ਹੋਣੀ ਚੱਬਾ ਦੇ ਮਾਮਾ ਜੀ ਦੇ ਲੜਕੇ ਔਰ ਨਾਲ ਹੀ ਹੁਣ ਦੇ ਸਪੁੱਤਰ ਭਾਈ ਬਲਵਿੰਦਰ ਸਿੰਘ ਜੀ ਯੂਐਸਏ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਹਰ ਸਾਲ ਇਹ ਤੇ ਉਹਨੂੰ ਜਿਹੜੀ ਹੈ ਉਹ ਬਰਸੀ ਜਿਹੜੀ ਹੈ ਮਨਾਈ ਜਾਂਦੀ ਹੈ ਪਹਿਲਾਂ ਘਰ ਮਨਾਉਂਦੇ ਸੀ ਔਰ ਜਿਉਂ ਜਿਉਂ ਮਤਲਬ ਕਿ ਸੰਗਤਾਂ ਜਾਗਰੂਕ ਹੋਈਆਂ ਤਿਉਂ ਤਿਉਂ ਮਤਲਬ ਕਿ ਜਿਹੜੇ ਹੋਰ ਸਿੰਘ ਵੀ ਪਿੰਡ ਦੇ ਸ਼ਹੀਦ ਹੋਏ ਸਨ ਉਹ ਵੀ ਨਾਲ ਇਕੱਠੇ ਹੀ ਰਲ ਕੇ ਫਿਰ ਇੱਕ ਸਾਂਝੀ ਜਗ੍ਹਾ 'ਤੇ ਜਿਹੜੀ ਹੈ ਉਹ ਬਰਸੀ ਜਿਹੜੀ ਹੈ ਹੁਣ ਚੱਬੇ ਪਿੰਡ ਦੇ ਵਿੱਚ ਹਰ ਸਾਲ ਮਨਾਈ ਜਾਂਦੀ ਹੈ ਮੈਂ ਅਕਾਲ ਖਾਲਸਾ ਦਲ ਤੋਂ ਬਲਵੀਰ ਸਿੰਘ ਕਠਿਆਲੀ ਅਕਾਲ ਖਾਲਸਾ ਨਿਊਜ਼ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।